प्रेस कॉन्फ्रेंस की गई जिसमें कत्ल केस की गुत्थी को सुलझाया गया, जिसमें उन्होंने प्रेस को बताया कि पिछले दिनों में भुच्चो कला में तेज हथियारों से मनदीप सिंह पुत्र कश्मीर सिंह को अज्ञात व्यक्तियों 20 अप्रैल को जख्मी किया गया था। हमलेवार मौके से फरार हो गए। ਉਸ ਦਿਨ ਆਪਾਂ ਮੁਕੱਦਮਾ ਦਰਜ ਕਰਤਾ 102 148 103 ਜਾ ਦਿੱਤਾ ਅਤੇ ਜਿਹੜੀ ਤਫਤੀਸ਼ ਆ ਇੰਚਾਰਜ ਸੀ ਆਈ ਇਹਦੇ ਤੇਜਿੰਦਰ ਸਿੰਘ ਇਹਨਾਂ ਵਿੱਚੋਂ 3 ਬੰਦੇ ਅਰੈਸਟ ਕਰ ਲਏ ਅਤੇ 3 ਸਰ ਕਿਵੇਂ ਪੁਲਿਸ ਨੂੰ ਚਲਾ ਕਿਵੇਂ ਲੱਗਿਆ ਫਸਟ ਇਨਵੈਸਟੀਗੇਸ਼ਨ ਤੋਂ ਕੀ ਪਤਾ ਲੱਗਿਆ ਫਸਟ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਾ ਵੀ ਇਹਨਾਂ ਦੀ ਆਪਸ ਵਿੱਚ 2-3 ਦਿਨ ਪਹਿਲੇ ਰਾਮ ਸਿੰਘ ਨਾਲ ਲੜਾਈ ਹੋਈ ਸੀ ਅਤੇ ਬਾਕੀ ਇਹ ਕੁਲਦੀਪ ਸਿੰਘ ਦੇ ਵੀ ਇਹਨੇ ਚਪੇੜਾਂ ਮਾਰੀਆਂ ਸੀ ਕੁਝ ਦਿਨ ਪਹਿਲੇ ਅਤੇ ਉਹਨਾਂ ਨੂੰ ਗਾਲਾਂ ਵੀ ਕੱਢ ਲਿਆ ਜਿਸ ਕਰਕੇ ਵਜ੍ਹਾ ਸਿਰਫ ਰੰਜਿਸ਼ ਹੀ ਕੋਈ ਹੋ ਰਹੇ ਵਜ੍ਹਾ ਰੰਜਿਸ਼ ਇਹੀ ਆ ਵੀ ਇਹਨਾਂ ਦੀ ਆਪਸ ਵਿੱਚ ਹੈ ਬਾਜੀ ਪਹਿਲੇ ਮਾਮਲੇ ਪਤਾ ਇਹਦੇ ਬਾਰੇ ਰਾਮ ਸਿੰਘ ਆਏ ਅਤੇ ਬੱਚੇ ਦਰਜਾ ਇਹ ਜਦੋਂ ਪੜਿਆ ਗਿਆ ਫਿਰ ਪਤਾ ਲੱਗਿਆ ਵੈਪਨ ਵਗੈਰਾ ਰਿਕਵਰ ਹੋਏ ਕੋਈ ਹਾਂਜੀ ਕਿਰਚ ਕਿਰਚ ਇੱਕ ਬਰਾਮਦ ਹੋਈ ਲੁਧਿਆਣਾ ਸੇ ਦੀਪੂ ਸ਼ਰਮਾ ਕੀ ਰਿਪੋਰਟ ਸਿਟੀ